ਬੇਸ਼ੱਕ ਹਾਲੇ ਕਰੋਨਾ ਦੀ ਤੀਜੀ ਲਹਿਰ ਆਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਸਰਕਾਰੀ ਸਕੂਲ ਖੁੱਲਣ ਦੇ ਨਾਲ ਹੀ ਵਿਦਿਆਰਥੀਆਂ 'ਚ ਕਰੋਨਾ ਪਾਜ਼ਿਟਿਵ ਆਉਣ ਦੇ ਮਾਮਲਿਆਂ ਨੇ ਬੱਚਿਆਂ ਸਣੇ ਉਹਨਾਂ ਦੇ ਮਾਪਿਆਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੋਹਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ 'ਚ ਬੀਤੇ ਦਿਨੀ ਸਿਹਤ ਵਿਭਾਗ ਦੀ ਟੀਮ ਵੱਲੋਂ 10ਵੀਂ 11ਵੀਂ ਤੇ 12ਵੀਂ ਦੇ 128 ਬੱਚਿਆਂ ਦੇ ਕਰੋਨਾ ਰੈਪਿਡ ਟੈਸਟ ਕਰਵਾਏ ਗਏ ਸਨ ਜਿਨ੍ਹਾਂ ਵਿੱਚ 3 ਬੱਚਿਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਹ ਬੱਚੇ 10ਵੀਂ ਤੇ 12ਵੀਂ ਦੇ ਦੱਸੇ ਜਾ ਰਹੇ ਨੇ। ਇਸ ਤੋਂ ਬਾਅਦ ਇਹਨਾਂ ਦੋਵਾਂ ਜਮਾਤਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਬੱਚਿਆਂ ਨੂੰ ਵੀ ਘਰਾਂ ਵਿੱਚ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹਨਾਂ ਜਮਾਤਾਂ ਦੇ ਅਧਿਆਪਕਾਂ ਨੂੰ ਵੀ ਟੈਸਟ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਸਰ, ਇਹ ਮੇਰਾ ਨਾਮ ਮਹਿੰਦਰ ਕੁਮਾਰ, ਫਾਰਮੇਸੀ ਅਫਸਰ, और हमें शिक्षा विभाग की तरफ से जो शिक्षा विभाग की तरफ तो जी सैंपलिंग चल रही है बच्चों की, वो सैंपलिंग करने वास्ते वक् वक् स्कूलों असी रोज़ जा रहे हैं। कल असी बॉय स्कूल किया, 128 सैंपल किए थे जिदे 3 पॉजिटिव निकले। कल असी किए रैपिड, बट अज RT-PCR कर रहे हैं ते हुण RT-PCR ही करांगे सारी जगह। तो अज असी सरकारी मॉडल स्कूल नहरू पार्क के सामने कर रहे हैं ते इत्थे अजे तक असी 37 सैंपल कर ले ते बाकी जिन्हें को होणगे असी करांगे। किन्ना टीचा किन्ना हैगा जिहड़ा करांगा? टीचा तां सर वैसे तां है पूरा स्कूल करन दा, पर बच्चों के एग्जाम चल रहे हैं तां करके जिन्हें होंदे उन्ने मैक्सीमम करन दी कोशिश करने आ। ਜਿਹੜੇ 3 ਜਿਹੜੇ ਪੋਜ਼ਿਟਿਵ ਆਏ ਸੀਗੇ, ਹਾਂਜੀ ਸਰ, ਤੇ ਹੋਰ ਵੀ ਸੀ ਉਹਨਾਂ 'ਚ ਕਿਸੇ 'ਚ ਸਿੰਪਟਮਸ ਨਜ਼ਰ ਆਏ ਬੱਚਿਆਂ 'ਚ? ਸਿੰਪਟਮ ਨਹੀਂ ਸੀ, ਪਰ ਉਹਨਾਂ ਨੂੰ ਜਿਵੇਂ ਲੱਛਣ ਹੈਗੇ ਸੀ ਕਿਸੇ ਨੂੰ ਖਾਂਸੀ ਜ਼ੁਕਾਮ, ਉਹਨਾਂ ਨੂੰ ਅਸੀਂ ਕੁਆਰੰਟਾਈਨ ਕਰਵਾਤਾ। ਵੈਸੇ ਸਾਰੀ ਕਲਾਸ ਹੀ ਕੁਆਰੰਟਾਈਨ ਹੋ ਗਈ, ਛੁੱਟੀ ਕਰਤੀ ਉੱਥੋਂ, ਬਟ ਉਹਨਾਂ ਨੂੰ ਕਹਿਤਾ ਵੀ ਤੁਸੀਂ ਸੇਫ ਰਹੋ, ਘਰੇ ਰਹੋ, ਮਾਸਕ ਲਗਾਓ, ਆਪਦੀ ਹਦਾਇਤ ਵਰਤੋ। ਅਤੇ ਜਿਹੜੇ 3 ਆਏ ਉਹਨਾਂ ਨੂੰ ਅਸੀਂ ਅੱਜ ਫਤਿਹ ਕਿੱਟ ਵੀ ਉਹਨਾਂ ਨੂੰ ਇਸ਼ੂ ਕਰਾ ਦਾਂਗੇ ਅਤੇ ਉਹਨਾਂ ਨੂੰ ਘਰੇ ਹੀ ਰੱਖ ਕੁਆਰੰਟਾਈਨ ਕਰ ਦਿੱਤਾ ਗਿਆ। ਕਰਦੇ ਸਰ, ਆਸ਼ਾ ਵਰਕਰ ਉਹਨਾਂ ਦਾ ਕਵਰੇਜ ਕਰਨਗੀਆਂ, ਜੋ ਵੀ ਹੋ ਗਿਆ ਉਹਨਾਂ ਦੀ ਸੈਂਪਲਿੰਗ, ਉਹਨਾਂ ਟੱਚ ਜੋ ਵੀ ਉਹਨਾਂ ਸਾਰਿਆਂ ਦੇ ਸੈਂਪਲ ਆਉਣਗੇ। ਹੋਰ ਕਿਤੇ ਜਿਹੜੇ ਸੈਂਪਲਸ ਲੈ ਰਹੇ ਹੋ ਜਾਂ ਮਤਲਬ ਸਕੂਲ ਤੋਂ ਇਲਾਵਾ ਬਾਹਰ ਵੀ ਕਿਤੇ ਕੁਝ ਲੱਗ ਰਿਹਾ ਕਿ ਕਰੋਨਾ ਦੇ ਜਿਹੜੇ ਦੁਬਾਰਾ ਜਿਹੜੇ ਲੱਛਣ ਜਿਹੜੇ ਦੇਖੇ ਜਾ ਰਹੇ ਹਨ? ਸਰ, ਪਹਿਲੇ ਤੋਂ ਕਾਫੀ ਕੰਮ ਹੋ ਗਿਆ, ਜੈਸੇ ਸਿਵਲ ਹਸਪੀਟਲ ਅਸੀਂ ਰੋਜ਼ ਕਰਨੇ ਆ, ਅਤੇ ਪਹਿਲੇ ਜਿਵੇਂ ਸਾਡੇ 20-25 ਸੈਂਪਲ ਨਿਕਲਦੇ ਸੀ, ਹੁਣ ਕਦੇ 5-10, ਯਾਨੀ ਕਾਫੀ ਘੱਟ ਨਿਕਲਦੇ ਆ। ਕੱਲ੍ਹ ਪਰਸੋਂ ਜਿਵੇਂ ਸਰਕਾਰੀ ਸਕੂਲ 'ਚ ਅਸੀਂ ਕੀਤੇ, ਬੋਆਏ ਸਕੂਲ 'ਚ, ਉਦੋਂ 75 ਕੀਤੇ, ਉਹਦੇ ਵਿੱਚੋਂ ਇੱਕ ਵੀ ਪੋਜ਼ਿਟਿਵ ਨਹੀਂ ਆਇਆ ਸੀ, ਬਟ ਕੱਲ੍ਹ ਜਿਹੜੇ ਅਸੀਂ ਕੀਤੇ 128, ਉਹਦੇ ਵਿੱਚ 3 ਪੋਜ਼ਿਟਿਵ ਨਿਕਲੇ ਨੇ। ਕੀ ਲੱਗਦਾ ਕਿ ਜਿਹੜੇ ਕਿਹਾ ਜਾ ਰਿਹਾ ਕਿ ਥਰਡ ਜਿਹੜੀ ਹੈ ਸਟੇਜ ਜਿਹੜੀ ਆ ਰਹੀ ਹੈਗੀ, ਜਿਹੜੇ ਦੁਬਾਰਾ ਜਿਹੜੀ ਲੇਅਰ ਆ ਰਹੀ ਹੈ ਕਰੋਨਾ ਦੀ, ਉਹਦੇ ਕੁਝ ਸਿੰਪਟਮਸ ਨਜ਼ਰ ਆਏ ਆ, ਉਹਦੇ ਲੱਛਣ ਹੈਗੇ ਕਿ ਜਿਹੜੇ ਇਹਨਾਂ ਦੇ ਵਿੱਚ ਵੀ ਦੇਖੇ ਗਏ ਆ ਜਾਂ ਜਿਹੜੀ ਸ਼ੁਰੂਆਤ ਜਿਹੜੀ ਹੈ ਦੁਬਾਰਾ ਕਰੋਨਾ ਦੀ ਹੋ ਰਹੀ ਹੈ? ਸਰ, ਇਹ ਤਾਂ ਹੁਣ ਐਵੇਂ ਵੀ ਜਿਹੜੇ ਪਹਿਲੇ ਸਾਈਨ ਸਿੰਪਟਮ ਹੈ ਉਹੀ ਉਹ ਸਾਈਨ ਸਿੰਪਟਮ ਹੁਣ ਨਜ਼ਰ ਆ ਰਹੇ ਹੈ, ਉਵੇਂ ਚੱਲ ਰਹੀ ਹੈ। ਬਾਕੀ ਥਰਡ ਵੇਅਰ ਤਾਂ ਕਹਿ ਰਹੇ ਆ, ਪਰ ਜਿੰਨੇ ਕੁ ਆ ਰਹੀ ਹੈ ਨਿਊਜ਼ ਉਸ ਹਿਸਾਬ ਨਾਲ ਉਨੇ ਪੇਸ਼ੈਂਟ ਨਿਕਲ ਨਹੀਂ ਰਹੇ, ਕਾਫੀ ਕੰਟਰੋਲ ਨੇ। ਸਰ, 9 ਔਰ 10 ਤਰੀਕ ਨੂੰ ਅਸੀਂ ਆਪਣੇ ਸਕੂਲ ਦੇ 200-200 ਬੱਚਿਆਂ ਦੀ ਸੈਂਪਲਿੰਗ ਕਰਵਾਉਣੀ ਸੀਗੀ। ਪਹਿਲੇ ਦਿਨ 73 ਬੱਚਿਆਂ ਦੀ ਸੈਂਪਲਿੰਗ ਕਰਵਾਈ ਗਈ, ਉਹਦੇ 'ਚ ਕੋਈ ਬੱਚਾ ਪੋਜ਼ਿਟਿਵ ਨਹੀਂ ਆਇਆ। ਕੱਲ੍ਹ ਜਿਹੜੀ ਸੈਂਪਲਿੰਗ ਕਰਵਾਈ ਗਈ 128 ਬੱਚਿਆਂ ਦੀ, ਉਹਦੇ ਵਿੱਚੋਂ ਮਤਲਬ ਜਿਹੜੇ ਰੈਪਿਡ ਟੈਸਟ ਕਰਵਾਏ ਗਏ, 3 ਬੱਚੇ ਕਰੋਨਾ ਪੋਜ਼ਿਟਿਵ ਆਏ ਹੈ, ਔਰ 3 ਕਲਾਸਾਂ ਨੂੰ ਅਸੀਂ ਜਿਹੜਾ ਕੁਆਰੰਟਾਈਨ ਕਰਤਾ 14 ਡੇਜ਼ ਵਾਸਤੇ ਅਕੋਰਡਿੰਗ ਟੂ ਡਿਪਾਰਟਮੈਂਟ ਇੰਸਟਰਕਸ਼ਨ। ਕਿਸੇ ਵੀ ਕਲਾਸ ਦੇ ਵਿੱਚ ਜੇਕਰ ਕੋਈ ਬੱਚਾ ਕੁਆਰੰਟਾਈਨ ਆਉਂਦਾ ਹੈ ਤਾਂ ਉਸ ਬੱਚੇ ਦੀ ਕਲਾਸ ਨੂੰ ਪੂਰੀ ਨੂੰ ਅਸੀਂ 14 ਦਿਨਾਂ ਵਾਸਤੇ ਕੁਆਰੰਟਾਈਨ ਕਰਨਾ ਹੁੰਦਾ ਹੈ, ਔਰ ਅਸੀਂ ਉਹ 3 ਕਲਾਸਾਂ ਜਿਹੜੀਆਂ ਨੇ ਕੁਆਰੰਟਾਈਨ ਕਰਤੀਆਂ। ਇਸ ਦੇ ਨਾਲ ਨਾਲ ਜਿਹੜੇ ਅਧਿਆਪਕ ਉਹਨਾਂ ਕਲਾਸਾਂ ਨੂੰ ਪੜ੍ਹਾਉਂਦੇ ਹੈ ਉਹਨਾਂ ਨੂੰ ਵੀ ਅਸੀਂ ਅੱਜ ਜਿਹੜਾ ਹੈ ਉਹ ਕਰੋਨਾ ਟੈਸਟ ਕਰਵਾਉਣ ਵਾਸਤੇ ਸੈਂਪਲਿੰਗ ਦੇਣ ਵਾਸਤੇ ਹਦਾਇਤ ਕਰਤੀ ਹੈ, ਔਰ ਟੀਚਰ ਆਪਣੇ ਜਿਹੜੇ ਸੈਂਪਲ ਦੇਣ ਵਾਸਤੇ ਗਏ ਹੋਏ ਨੇ ਜੀ। ਇਹ +1 ਕਲਾਸ ਔਰ +2 ਕਲਾਸ, +1 ਦੇ 2 ਸੈਕਸ਼ਨ ਹੈ, F4J ਔਰ +2 B ਕਲਾਸ ਹੈ ਜੀ। ਟੋਟਲ ਸਟੂਡੈਂਟ ਸਰ 2600 ਹੈ ਆਪਣੇ ਕੋਲ, ਪਰ ਅਸੀਂ ਉਹਨਾਂ ਨੂੰ ਬੋਰਡ ਕਲਾਸਿਸ ਨੂੰ ਛੱਡ ਕੇ, ਬੋਰਡ ਕਲਾਸਿਸ ਸਾਰੇ ਬੱਚੇ ਆ ਰਹੇ, ਨੋਨ ਬੋਰਡ ਕਲਾਸਿਸ ਨੂੰ ਅਸੀਂ ਰੋਟੇਸ਼ਨ ਵਾਈਜ਼ ਬੁਲਾ ਰਹੇ ਹਾਂ। ਪਰ ਅੱਜ ਜਿਹੜਾ ਜਵਾਹਰ ਨਵੋਦਿਆ ਦਾ ਪੇਪਰ ਹੈ ਅਤੇ ਇਸ ਦੇ ਅੰਡਰ ਜਿਹੜੀ ਹੈ ਉਹਨਾਂ ਨੋਨ ਬੋਰਡ ਕਲਾਸਿਸ ਨੂੰ ਸਕੂਲ ਨਹੀਂ ਬੁਲਾਇਆ ਗਿਆ, ਔਰ ਬਾਕੀ ਬੱਚਿਆਂ ਦੀ ਜਿਹੜੀ ਸੈਂਪਲਿੰਗ ਉਹ ਕੀਤੀ ਜਾ ਰਹੀ ਹੈ ਲਗਾਤਾਰ। ਸਾਰਿਆਂ ਦੀ ਸੈਂਪਲਿੰਗ ਹੋਣੀ ਸਰ, ਜਿਵੇਂ ਹਦਾਇਤ ਆਏਗੀ। ਫਿਲਹਾਲ 9 ਔਰ 10 ਤਰੀਕ ਨੂੰ 200-200 ਬੱਚਿਆਂ ਦੀ ਸੈਂਪਲਿੰਗ ਕਰਵਾਉਣੀ ਸੀ, ਜਿਹੜੀ ਕਿ ਕਰਵਾ ਦਿੱਤੀ ਗਈ ਹੈ। ਉੱਥੇ ਹੀ ਹੁਸ਼ਿਆਰਪੁਰ ਦੇ ਟਾਂਡਾ ਨਜ਼ਦੀਕੀ ਪਿੰਡ ਜਾਜਾ ਦੇ ਸਰਕਾਰੀ ਸਕੂਲ ਵਿੱਚ 6 ਬੱਚੇ ਕਰੋਨਾ ਪਾਜ਼ਿਟਿਵ ਆਏ ਨੇ। ਸਿਹਤ ਵਿਭਾਗ ਵੱਲੋਂ ਸਕੂਲ ਦੇ ਬੱਚਿਆਂ ਤੇ ਸਟਾਫ ਦੇ ਸੈਂਪਲ ਲਏ ਗਏ ਸਨ, ਜਿਸ 'ਚ 88 ਬੱਚੇ ਤੇ 13 ਅਧਿਆਪਕਾਂ ਦੇ ਸੈਂਪਲਾਂ 'ਚੋਂ 6 ਬੱਚੇ ਪਾਜ਼ਿਟਿਵ ਆਏ ਨੇ, ਜਿਸ ਨਾਲ ਸਕੂਲ ਵਿੱਚ ਹੜਕੰਪ ਮੱਚ ਗਿਆ। ਇਸ ਤੋਂ ਬਾਅਦ ਸਕੂਲ ਨੂੰ ਐਤਵਾਰ ਤੱਕ ਲਈ ਬੰਦ ਕਰ ਦਿੱਤਾ ਗਿਆ। ਮੈਂ ਕੁਲਵੰਤ ਸਿੰਘ,
सरकारी हाई स्कूल जाजे तो बोल रहा हाँ। अज साडे स्कूल विच करोना दी सैंपलिंग हो रही है, जिस विच हुण तक 6 बच्चों की रिपोर्ट पॉजिटिव आई है, जिस दी जानकारी DEO सेकेंडरी सरदार गुरशरण सिंह जी नूं दे दित्ती गई है। उन्हां दे आदेश अनुसार ऐतवार तक स्कूल बंद कर दिता गया है, बच्चों की पढ़ाई ऑनलाइन जारी रहेगी। देखो, हाई स्कूल जाजे दे विच अज साडी सैंपलिंग सीगी, तां सैंपलिंग प्रोसैस अजे चल रहा है, जिहदे विच आपां रैपिड एंटीजन टैसट कर रहे हैं। इहदे विच तकरीबन 75 स्टूडेंट्स आपां चैक कर चुके हैं, उन्हां दे रिजल्ट दे विचों 6 जिहड़े बच्चे पॉजिटिव पाए गए हैं। तो वह मैं स्कूल टीचर्स दे नाल गल करके उन्हां दे पेरेंट्स नूं बुलाया सीगा, उन्हां दे पेरेंट्स नाल काउंसलिंग हो गई है। उन्हां नूं दस दित्ता गया कि पैनिक होने की लोड़ नहीं हैगी, ठीक है, बच्चे नूं सैपरेट कर देना, 10 या 14 के दिन लिए आपां सैपरेट कर देना। तो परिवार के जिहड़े बाकी जी हैगे आ उन्हां नूं दस दित्ता गया कि अपने जिहड़े जी हैगे आ उह सरकारी हस्पताल टांडे दे विच आ के अपने सैंपल करवा लैण। तो बाकी इनकेस अगर कोई भी दिक्कत होंदी है, या बच्चे नूं कोई प्रॉब्लम होंदी है, या घर दे विच किसी भी जी नूं प्रॉब्लम होंदी है, तो मेरे नाल कॉन्टैक्ट कर लैण, या सिविल हॉस्पिटल टांडे दे विच किसी नाल भी कॉन्टैक्ट। वो अपना मास्क जिहड़ा उह नाल लाउण, तुसीं देख रहे हो दुबारा वेव जिहड़ी शुरू हो गई है, कृपा करके अपने मास्क बना के रखो, 2 गज की दूरी रखो, हाथ धोते पैर अपने हाथ पैर मूंह नूं बहुता हाथ ना लाओ, तो हाथ वगैरह धो के रखो। थैंक यू। अच्छ साडी जिहड़ी RBSK की टीम हैगी हाई स्कूल जाजा विखे सैंपलिंग करने लई गई सी, उत्थे 75 बच्चे जिहड़े उन्हां ने सैंपल किए, उन्हां दे उन्हां विचों 6 पॉजिटिव निकले हैगे आ, बाकी जिहड़े बच्चे 99 उत्थे हैगे होर, उन्हां दी भी सैंपलिंग असीं हजे जारी है, जदों बाकी सारा रिजल्ट आएगा तुहानूं इनफॉर्म कर दिया जाएगा। हर परिवार नूं चलाउण वाली एक औरत हुंदी है, औरत ही घर की जिम्मेवारी संभालदी है, भावें बच्चों की पढ़ाई होए, भावें दवाई होए, भावें घर नूं इकट्ठा करना होए, हर परिवार की मुश्किल जे हल करदी है तो एक औरत करदी है। इस गल नूं ध्यान रखते हुए श्रोमणी अकाली दल बहुजन समाज पार्टी ने फैसला किया है कि नीले कार्ड होल्डर परिवार की मुख औरत नूं हर महीने 2000 रुपया महीना उन्होंने खाते दिता जाऊगा, साल का 24000 रुपया उस मुखी परिवार की औरत के खाते दिता जाऊगा, जिस करके उस औरत नूं किसी चीज़ की मुश्किल ना पे। आ साडा वादा सारे परिवारों नूं है।